वन विभाग के कर्मचारियों पर लकड़ी चोरों ने किया तेजधार हथियारों से हमला। हमले में वन विभाग का ब्लॉक अफसर और गार्ड हुआ बुरी तरह से घायल। ये मामला है गुरदासपुर के गांव अठवाल का, जहां देर रात को लकड़ी चोर घुमान से हरगोबिंद रोड पर लगे दरख्तों को काट कर ले जा रहे थे। जब इसकी जानकारी वन विभाग के कर्मचारियों को मिली तो उन्हें रोकने के लिए वन विभाग के ब्लॉक अफसर जगदेव सिंह और गार्ड तरजीत सिंह ने मौके पर पहुंचे तो उन्हें देखते ही लकड़ी चोरों ने उन पर तेजधार हथियारों से हमला कर उन्हें बुरी तरह से घायल कर दिया। अभी दोनों को उपचार के लिए सिविल अस्पताल में दाखिल करवाया गया है। ਇਹ ਜੀ ਮੈਨੂੰ ਭਰੋਸੇ ਜੋ ਸੂਤਰਾਂ ਦਾ ਪਤਾ ਲੱਗਾ ਅਟਵਾਲ ਪੌਲ ਐਸ ਬੀ ਸੀ ਕਨਾਲ 'ਤੇ ਕੋਈ ਅਣਪਛਾਤੇ ਲੋਕ ਟਾਹਣੀਆਂ ਕੱਟ ਰਹੇ ਆ। ਮੈਂ ਆਪਣੇ ਮਨਗੜ੍ਹ ਤਰਜੀਤ ਸਿੰਘ ਨੂੰ ਨਾਲ ਲੈ ਕੇ ਮੌਕੇ 'ਤੇ ਪਹੁੰਚਿਆ। ਇਹਨਾਂ ਟਾਹਣੀਆਂ ਕੱਟ ਕੇ ਟਾਹਲੀ 'ਤੇ ਲੱਦ ਕੇ ਜਾ ਰਹੇ ਸੀ। ਮੈਂ ਰੋਕਿਆ, ਇਹਨਾਂ ਮੈਨੂੰ ਪੁੱਛਿਆ ਤੂੰ ਕੌਣ ਆ? ਮੈਂ ਕਿਹਾ ਮੈਂ ਬਲਾਕ ਅਫਸਰ ਜੰਗਲਾਤ ਮਹਿਕਮੇ ਦਾ, ਇਹਨਾਂ ਸਾਡੇ 'ਤੇ ਹਮਲਾ ਕਰਤਾ। ਉਹਨਾਂ ਨੂੰ ਵਿਚਾਰੇ ਕੁੱਟਣ ਨਹੀਂ ਲੱਗ ਗਿਆ, ਸਾਨੂੰ ਇੰਨਾ ਜ਼ਿਆਦਾ ਵੀ ਸਾਨੂੰ ਅਸੀਂ ਬੇਹੋਸ਼ੀ ਹੋ ਗਏ। ਉਹ ਸਾਡੇ ਇਹਨਾਂ ਫੋਨ ਤੋੜ ਦਿੱਤੇ ਆ, ਪੈਸੇ ਕੱਢ ਲਏ 14,000 ਰੁਪਈਆ ਮੇਰੇ ਬਟੂਏ 'ਚ, ਉਹ ਵੀ ਗਾਇਬ ਆ। ਫਿਰ ਜਦੋਂ ਸਾਨੂੰ ਹੋਸ਼ ਆਈ ਫਿਰ ਮੈਂ ਆਪਣੇ ਰਜਿਸਟਰ ਸਾਹਿਬ ਨੂੰ ਫੋਨ ਕੀਤਾ, ਉਹਨਾਂ ਨੇ ਸਾਨੂੰ ਲਿਆ ਕੇ ਦਿੱਤੇ ਅਸਤਵਾਲ ਦਾਖਲ ਕਰਵਾਇਆ। ਉਸ ਸਮੇਂ ਮੈਨੂੰ ਮੇਰੇ ਰਾਤ ਬਲਾਕ ਅਫਸਰ ਸਾਹਿਬਾਨ ਦਾ ਫੋਨ ਆਇਆ ਸੀ ਕਿ ਜਿਹੜੇ ਐਸ ਬੀ ਸੀ ਨਹਿਰ ਦੇ ਉੱਤੇ ਵਿਅਕਤੀ ਜਿਹੜੇ ਆ ਤੱਕੜਾ ਕੱਟ ਰਹੇ ਨੇ। ਮੈਂ ਆਪਣੇ ਮੇਢ ਨਾਲ ਤਾਲਮੇਲ ਕਰਕੇ ਅਸੀਂ ਉੱਥੇ ਪਹੁੰਚੇ, ਮੌਕੇ ਉੱਪਰ ਬਲਾਕ ਅਫਸਰ ਸਾਹਿਬ ਤੋਂ ਪਹੁੰਚੇ। ਅਸੀਂ ਉਹਨਾਂ ਦੀ ਟਰਾਲੀ ਜਿਹੜੀ ਲੱਕੜਾਂ ਲੱਦੀ ਹੋਈ ਰੋਕੀ ਅਤੇ ਉਹਨਾਂ ਨੇ ਸਾਡੇ ਬਾਰੇ ਪੁੱਛਿਆ ਸੀ, ਦੱਸਿਆ ਸੀ ਜੰਗਲਾਤ ਮਹਿਕਮੇ 'ਚ ਅਸੀਂ ਵਣ ਗਾਰਡ ਜਾਂ ਮੁਲਾਜ਼ਮ ਹਾਂ ਆਪਾਂ, ਸਾਡੇ 'ਤੇ ਉਹਨਾਂ ਨੇ ਉਸੇ ਵੇਲੇ ਹਮਲਾ ਕਰਤਾ। ਉਹਨਾਂ ਵਿਅਕਤੀਆਂ ਨੇ ਸਾਨੂੰ ਪੂਰੀ ਪਛਾਣ ਆ, ਜੇਕਰ ਉਹ ਸਾਹਮਣੇ ਆਉਂਦੇ ਅਸੀਂ ਉਹਨਾਂ ਨੂੰ ਪੁੱਛਾਂਗੇ। ਸਾਨੂੰ ਇੰਨਾ ਕੁੱਟਿਆ ਮਾਰਿਆ ਕਿ ਅਸੀਂ ਵੀ ਹੋਸ਼ ਹੋ ਗਏ। ਮੈਨੂੰ ਉਦੋਂ ਹੋਸ਼ ਆਈ ਜਦੋਂ ਮੈਂ ਹਸਪਤਾਲ ਦੇ ਵਿੱਚ ਦਾਖਲ ਸੀ। ਮਹਿਤਾ ਤੋਂ ਸ਼੍ਰੀ ਹਰਗੋਬਿੰਦਪੁਰ ਰੋਡ 'ਤੇ ਸਾਡੀ ਐਸ ਬੀ ਸੀ ਕਨਾਲ ਆ, ਉਹ ਨਿਕਲਦੀ ਆ ਉੱਥੋਂ। ਉਹਦੇ 'ਤੇ ਦੋਨੋਂ ਸਾਈਡ 'ਤੇ ਰੁੱਖ ਲੱਗੇ ਹੋਏ ਨੇ ਅਤੇ ਟਾਹਲੀਆਂ ਵੀ ਕਾਫੀ ਲੱਗੀਆਂ ਹੋਈਆਂ ਨੇ। ਅਤੇ ਉੱਥੇ ਪਿਛਲੇ ਕੁਛ ਦਿਨਾਂ ਤੋਂ ਪਤਾ ਲੱਗ ਰਿਹਾ ਸੀ ਕਿ ਕੁਝ ਲੋਕ ਜਿਹੜੇ ਦਰਖਤ ਕੱਟਣ ਦੀ ਤਿਆਰੀ ਕਰ ਰਹੇ ਨੇ। ਸਾਡੇ ਜਿਹੜੇ ਉੱਥੋਂ ਦੇ ਬਲੋਕ ਅਫਸਰ ਨੇ ਉਹਨਾਂ ਨੂੰ ਪਤਾ ਲੱਗਾ ਕੱਲ੍ਹ ਰਾਤ ਨੂੰ ਕਿ ਕੁਝ ਲੋਕ ਜਿਹੜੇ ਆ ਦਰਖਤ ਕੱਟਣ ਆਏ ਹੋਏ ਨੇ। ਅਤੇ ਉਹਦੇ ਬਾਅਦ ਜਦੋਂ ਉਹਨੂੰ ਰਾਤ ਨੂੰ ਪਤਾ ਲੱਗਾ, ਉਹਨੇ ਜਿਹੜਾ ਸੰਬੰਧਿਤ ਫੋਰੈਸਟ ਗਾਰਡ ਸੀ ਉਸ ਹਲਕੇ ਦਾ ਤਰਜੀਤ ਸਿੰਘ ਅਤੇ ਇੱਕ ਸਾਡਾ ਡੇਲੀ ਵੇਜਰ ਇੰਪਲਾਈ ਨਿਸ਼ਾਨ ਸਿੰਘ, ਉਹਨਾਂ ਦੋਨਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਨਾਲ ਲੈ ਕੇ ਉਹ ਜਿੱਥੇ ਕਟਾਈ ਹੋ ਰਹੀ ਸੀ ਉਹ ਜਗ੍ਹਾ 'ਤੇ ਗਏ। ਉਸ ਉਪਰੰਤ ਜਦੋਂ ਉੱਥੇ ਗਏ ਉਹਨਾਂ ਦੇਖਿਆ ਕਿ 10-15 ਬੰਦੇ ਅਣਪਛਾਤੇ ਬੰਦੇ ਸੀ, ਉਹਨਾਂ ਨੇ 2 ਦਰਖਤ ਕੱਟੇ ਹੋਏ ਸੀ ਅਤੇ ਉਹ ਲਿਜਾ ਰਹੇ ਸੀ। ਇਹਨਾਂ ਦੇ ਰੋਕਣ 'ਤੇ ਉਹਨਾਂ ਨੇ ਜਿਹੜੇ ਕਿ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ, ਉਹਨਾਂ ਨੂੰ ਜਿਹੜੇ ਸਾਡੇ ਫੀਲਡ ਸਟਾਫ ਸੀ ਉਹਨਾਂ 'ਤੇ ਅਚਾਨਕ ਹਮਲਾ ਕਰਤਾ ਅਤੇ ਬਹੁਤ ਹੀ ਬੁਰੀ ਤਰ੍ਹਾਂ ਉਹਨਾਂ ਨੂੰ ਜ਼ਖਮੀ ਕੀਤਾ। ਲਗਭਗ 1 ਘੰਟਾ ਉਹਨਾਂ ਨੂੰ ਕੁੱਟਮਾਰ ਉਹਨਾਂ ਨਾਲ ਕਰਦੇ ਰਹੇ ਅਤੇ ਉਹਨਾਂ ਨੂੰ ਮਰਿਆ ਸਮਝ ਕੇ ਉੱਥੇ ਛੱਡ ਗਏ। ਅਤੇ ਕਾਫੀ ਦੇਰ ਬਾਅਦ ਰਾਤ ਨੂੰ ਜਦੋਂ ਉਹਨਾਂ 'ਚੋਂ ਕਿਸੇ ਇੱਕ ਬੰਦੇ ਨੂੰ ਹੋਸ਼ ਆਈ ਆ ਅਤੇ ਉਹ ਲਿਜਾ ਕੇ ਬਾਕੀ ਦੋਨਾਂ ਸਾਥੀਆਂ ਨੂੰ ਨਜ਼ਦੀਕ ਕਿਤੇ ਉਹਨਾਂ ਨੇ ਹੋਸਪਿਟਲ 'ਚੋਂ ਟਾਂਕੇ ਵਗੈਰਾ ਲਗਵਾਏ। ਅਸੀਂ ਉਹਨਾਂ ਦੇ ਖਿਲਾਫ਼ ਜਿਹੜਾ ਐੱਫ ਆਈ ਆਰ ਲਿਖਣ ਲਈ ਕਾਰਵਾਈ ਕਰ ਰਹੇ ਹਾਂ। ਉਹ ਸਾਡੇ ਜਿਹੜੇ ਸੰਬੰਧਿਤ ਰੇਂਜ ਅਫਸਰ ਨੇ ਕਾਦੀਆਂ ਸ਼੍ਰੀ ਰਛਪਾਲ ਸਿੰਘ, ਉਹਨਾਂ ਵੱਲੋਂ ਐਪਲੀਕੇਸ਼ਨ ਆਲਰੇਡੀ ਥਾਣਾ ਘੁਮਾਣ ਵਿਖੇ ਦਿੱਤੀ ਗਈ ਹੈ।